ਜਿਵੇਂ ਕਹੇ ਨਹੀਂ ਸੁਣੀ ਅਲੀ ਹਬੀਬੀ ਆਉਂਦੀ ਹੈ ਸੁਣਦੀ ਪਈ ਹੈ ਮੇਰਾ ਬਾਬਾ ਕਿਵੇਂ ਅਜ਼ਾਨ ਪਿਆ ਦੇਂਦਾ ਹੈ ਬੀਬੀ ਆਉਂਦੀ ਹੈ ਐਵੇਂ ਲੱਗਦਾ ਹੈ ਮੇਰਾ ਬਾਬਾ ਰੋ ਰੋ ਕੇ ਅਜ਼ਾਨ ਖੜਾ ਦੇਂਦਾ ਹੈ ਬੀਬੀ ਆਉਂਦੀ ਹੈ ਮੇਰਾ ਦਿਲ ਆਉਂਦਾ ਹੈ ਮੈਂ ਦੀਵਾਰਾਂ ਨਾਲ ਚੱਕਰਾਂ ਮਾਰਾਂ ਓ ਮੇਰੇ ਬਾਬੇ ਦੇ ਲਹਿਜੇ ਜਿਤਨਾ ਦਰਦ ਹੈ ਮੇਰੇ ਗੱਲ ਚ ਬਹੀ ਪਾ ਜੀ ਬਾਬਾ ਮੈਂ ਨੌਕਰ ਮੈਂ ਲੱਖ ਵਾਰੀ ਅੱਖਾਂ ਗੈਰਤ ਵਾਲੇ ਉਹ ਮੇਰੇ ਮੌਲਾ ਨੇ ਅਜ਼ਾਨ ਮੁਕਾਈ ਅਜ਼ਾਨ ਮੁਕਾ ਕੇ ਮੇਰਾ ਮੌਲਾ ਮਿਹਰਾਬੇ ਮਸਜਿਦ ਹੀ ਜਾਣ ਪਹਿਲੇ ਹੀ ਬਨੇ ਮੁਲਜ਼ਮ ਕੋ ਜਗਾਇਆ ਨੇ ਜਾਓ ਮੈਂ ਅਲੀਆ ਯਾਦੇ ਮੇਰਾ ਗਲਾ ਤੇਰਾ ਦਾ ਕੋਈ ਨੀ ਮੇਰੇ ਮੌਲਾ ਫਰਮਾਇਆ ਮੈਨੂੰ ਦੇਖ ਮਸਜਿਦ ਚ ਨਹੀਂ ਸਮਣਾ ਚਾਹੀਦਾ ਯਾਦੇ ਮੈਂ ਦੂਰ ਦਾ ਮੁਸਾਫਿਰ ਆ ਮੌਲਾ ਫਰਮਾਇਆ ਤੇਰੇ ਸਫ਼ਰ ਕੋ ਜਾਣਦਾ ਤੂੰ ਕਿੱਥੋਂ ਆਏ ਮੈਂ ਜਾਣਦਾ ਯਾਦੇ ਮੇਰਾ ਗਲਾ ਤੇਰਾ ਦਾ ਕੋਈ ਨੀ ਮੇਰੇ ਇਮਾਮਾ ਦੇ ਮੈਂ ਦਸਾਵਾਂ ਤੇ ਖੰਜਰ ਕਿੱਥੋਂ ਕਿਦਾ ਏ ਮੇਰੇ ਇਮਾਮਾ ਦੇ ਜ਼ਹਰ ਕਿੱਥੋਂ ਖਿਦੀ ਆਈ ਗੁਜ਼ਰੀ ਰਾਤ ਖੰਜਰ ਕੋ ਗਰਮ ਕਰਕੇ ਜ਼ਹਰ ਚ ਕਿਤਨੀ ਦਫਾ ਠੰਡਾ ਕੀਤਾ ਈ ਮੇਰੇ ਇਮਾਮਾ ਦੇ ਜਨਮ ਨੇ ਮੈਂ ਹੁਕਮ ਦੇਵਾ ਖੰਜਰ ਬੋਲੇ ਡੇਰੀ ਅਲਿਓ ਮੇਰੇ ਕੋਲ ਪੁੱਛੋ ਆਲਿਆ ਬੀਬੀ ਕੋ ਅਲੀ ਦੀ ਕਿਉਂ ਆਦੇ ਆਏ ਈ ਵਾਸਤੇ ਆਦੇ ਆਏ ਜਿਹੜਾ ਜੁਮਲਾ ਬਾਬੇ ਆਖੇ ਉਹ ਜੁਮਲਾ ਧੀ ਆਖੇ ਬਾਬੇ ਮਸਜਿਦ ਦੀ ਚਾਖੇ ਖੰਜਰ ਬੋਲੇ ਅਲੀ ਦੀ ਧੀ ਸ਼ਜ਼ੀਰ ਦੀ ਕਚਹਿਰੀ ਦੇ ਵਿੱਚ ਬਾਬੇ ਦੇ ਲਹਿਜੇ ਚ ਆਦੇ ਖੰਜਰ ਨਾ ਬੋਲੇ ਮੈਂ ਕੜੀਆ ਪਾ ਕੇ ਕਿਉਂ ਆਈ ਬੀਬੀ ਆਦੀ ਖੰਜਰ ਦੱਸੈ ਸੀ ਜੋ ਮੇਰਾ ਮਹਿਰਾ ਨਮਾਜ਼ੀ ਜੀ ਬਾਬਾ ਮੈਨੂੰ ਕਰ ਮੈਂ ਲੱਖ ਵਾਰੀ ਅੱਖਾਂ ਉਵੇਂ ਤਿਆਰੀ ਕਰੋ ਜਿਵੇਂ ਰੋਣਾ ਚਾਹੀਦਾ ਹੈ ਜ਼ਹਿਰਤ ਤਾਲਿਓ ਮੇਰੇ ਇਮਾਮ ਜਿਹੜਾ ਆਖੇ ਜੋ ਖੰਜਰ ਬੋਲੇ ਮਸਜਿਦ ਦੇ ਗੇਟ ਵਾਲੇ ਪਾਸੇ ਭੱਜ ਪਏ ਇਹ ਦੌੜਾ ਹੈ ਮੇਰੇ ਮੌਲਾ ਨੇ ਨਮਾਜ਼ ਸ਼ੁਰੂ ਕੀਤੀ ਹੈ ਕਿਬਲਾ ਸੀ ਵਾਜਿਬ ਨਮਾਜ਼ ਨਹੀਂ ਨਵਾਫਿਲ ਨਮਾਜ਼ ਹੈ ਬੇਸ਼ੱਕ ਜਿਹੜੀ ਨਮਾਜ਼ ਵਿੱਚ ਮੇਰੇ ਮੌਲਾ ਜ਼ਖਮੀ ਥਾਂ ਨੂੰ ਨਵਾਫਿਲ ਨਮਾਜ਼ ਹੈ ਵਾਜਿਬ ਨਹੀਂ ਬੇਸ਼ੱਕ ਅਗਰ ਵਾਜਿਬ ਹੋਵੇ ਆ ਤਬਾ ਜਮਾਤ ਹੋਵੇ ਆ ਬੇਸ਼ੱਕ ਜਮਾਤ ਹੋਵੇ ਆ ਤਾਂ ਪਹਿਲੀ ਸਭ ਪੁੱਤਰਾਂ ਦੀ ਹੋਵੇ ਆ ਪਹਿਲੀ ਸਭ ਪੁੱਤਰਾਂ ਦੀ ਹੋਵੇ ਆ ਤਾਂ ਵਿੱਚ ਗਾਜ਼ੀ ਹੋਵੇ ਆ ਕਹਿੰਦੀ ਜੁਰਾਤ ਹੀ ਮੇਰੇ ਅਲਮ ਵਾਲੇ ਦੇ ਹੋਵੇ ਮੇਰੇ ਮੌਲਾ ਕੋ ਕੋਈ ਜ਼ਰਬ ਮਾਰੇ ਆ ਜੀ ਬਾਬਾ ਮੈਨੂੰ ਕਰ ਜਿਹੜੇ ਬੰਦੇ ਵਹਿਣ ਕਰ ਕਰਾਉਂਦੇ ਪਏ ਹੋ ਨਵਾਫਿਲ ਨਮਾਜ਼ ਦੂਜੀ ਰਕਤ ਦਾ ਦੂਜਾ ਸਜਦਾ ਹੈ ਈ ਬੇਗੈਰਤ ਨੇ ਅਸਤੀਨ ਦੇ ਵਿੱਚੋਂ ਅਲੀ ਦੀਆਂ ਨੀਹਾਂ ਦੀ ਯਤੀਮੀ ਦਾ ਸਮਾਨ ਕੱਢੇ ਈ ਬੇਗੈਰਤ ਨੇ ਇਹੋ ਜਿਹੇ ਵਾਰ ਕੀਤੇ ਇਮਾਮੇ ਦੇ ਨੌ ਟੁਕੜੇ ਥੈਨ ਜਿਬਰਾਇਲ ਦਾ ਤਾਜ ਢਹਿ ਗਏ ਹੈਕਲ ਮਾਰ ਕੇ ਦਵਦੇ ਲੋ ਜੋ ਅਲੀ ਦੀਆਂ ਧੀਆਂ ਲੁੱਟੀਆਂ ਗਈਆਂ ਲੋ ਦੋ ਮੇਰੇ ਉਸਤਾਦ ਕੋ ਜ਼ਰਾ ਬਲਗ ਜੀ ਬਾਬਾ ਖੁੱਲ ਕੇ ਵੇਣ ਕਰਕੇ ਰੋਵੋ ਇੰਤਜ਼ਾਰ ਮੁਕੇ ਦਾ ਪੀਆਂ ਤਬੀਅਤ ਠੀਕ ਨਹੀਂ ਕੋਸ਼ਿਸ਼ ਕਰ ਮਿਹਰਬਾਨੀ ਹੁਣ ਠੀਕ ਹੈ ਜੀ ਬਾਬਾ ਮੈਂ ਨੌਕਰ ਜਿਹੜੇ ਬੰਦੇ ਰੋਂਦੇ ਪਏ ਝੋਲੀਆਂ ਵਧਾਓ ਹੁਣ ਤੂੰ ਸਮੇਂ ਕੋਲੋਂ ਸੌ ਕੋਈ ਆਮ ਦਾ ਐਲਾਨ ਕਰਨ ਵਾਲਾ ਨਹੀਂ ਜਨਾਬੇ ਜਿਬਰਾਈਲ ਆਈ ਭਾਈ ਜਾਨ ਮੇਰੀ ਆਖੀ ਚੱਖ ਪਾਵੇ ਜਿਵੇਂ ਜਿਬਰਾਈਲ ਦੀ ਮਨਾ ਦੀ ਪੁੱਤਰਾਂ ਸੁਣੀਏ ਸਾਰੇ ਪੁੱਤਰ ਮਸਜਿਦ ਤੋਂ ਭੱਜੇ ਡੇਰੇ ਵਾਲਿਓ ਸਾਰੇ ਪੁੱਤਰ ਤਾਂ ਮਸਜਿਦ ਦੌੜੇ ਨਹੀਂ ਇੱਕ ਪੁੱਤਰੇ ਜਿਹੜਾ ਘਰ ਵਾਲੇ ਪਾਸੇ ਦੌੜੇ ਮੇਰੇ ਕੋਲ ਪੁੱਛੋ ਕੌਣ ਮੇਰਾ ਆਲਮਾ ਵਾਲਾ ਸ਼ੇਰ ਉਹ ਦਰਵਾਜ਼ੇ ਤੇ ਆਏ ਜਿੱਥਾਂ ਅਲੀ ਦੀ ਅੱਧੀਆਂ ਵਾਲ ਖੋਲੀ ਬੈਠੀਏ ਗਾਜ਼ੀਆਂ ਦੇ ਉੱਚਾ ਨਾ ਰੋਵੋ ਤੁਹਾਡੀ ਆਵਾਜ਼ ਗੈਰਤ ਸੁਣੇ ਆਦੇ ਮਰਨ ਤੋਂ ਪਹਿਲੇ ਮਾਰੂ ਐਸੇ ਜੀ ਬਾਬਾ ਮੈਂ ਨੌਕਰ ਮੈਂ ਲੱਖ ਵਾਰੀਆਂ ਖਜ਼ਰੀਆਂ ਦੇ ਨਾਲ ਹੋਏ ਜੀ ਬਾਬਾ ਮੈਂ ਨੌਕਰ ਤੇ ਕੋ ਢੇਰ ਇੰਤਜ਼ਾਰ ਨਹੀਂ ਕਰਾਉਣਾ ਚਾਹੁੰਦਾ ਹੋ ਸਕਦਾ ਅਗਲੇ ਜੁਮਲੇ ਤੇ ਮੁਕਾ ਦੇਵਾਂ ਮਾਤਮੀ ਅਜ਼ਾਦਾ ਲੋ ਮੇਰਾ ਅਲਮਾ ਵਾਲਾ ਰਿਵਾਇਤ ਕਰੇ ਲੈ ਜਿੱਦਾਂ ਮੈਂ ਘਰ ਪਹੁੰਚਾ ਮੇਰੀ ਟੈਲੀ ਦੀ ਮਿੱਟੀ ਤੇ ਬੈਠੀ ਆਈ ਦੂਏ ਬਾਵਾ ਮਸਜਿਦ ਵਾਲੇ ਪਾਸੇ ਵਧਾਈ ਬੈਠੀ ਆਈ ਆਦੀ ਬੈਠੀ ਆਈ ਮੈਂ ਸ਼ੇਰ
ویکھو پردیس چرلائی میرا بے وطن بابا جی بابا میں نو کجڑے بندے ڈوندے پے ہو علما والے چپ کرائی ہے مولانا غلام حیدر کلو صاحب دا جملہ پی پڑھدا او فرماندے ہیں عباس ترت گھر چپا دیچے پہنچا سارا خل پہلے انو علما والا پہنچے غیرت والے ہوئی امام حسن علیہ السلام باد جائے جدا امام حسن ہے تا عباس بابے دا سر جھولی پادی میں دے آدے میں کو قاتل دا نا غزا تے کو کھے مارے حسن علیہ السلام آدے اتنا جلدی کی بھی آیا ہے آدے تیری قسم ہے تو سنتر بادی آلے پاس ہوا انتظار ختم جی بابا سونا پرسا ہو گیا بانیان راضی روائے بھائی جی بابا میں نوکار امام حسن بابے دے کول ہے آواز آندی ہے بابا جان حکم میں کیا کراں نماز قبلہ سنگ جڑی امام حسن مجتبی علیہ السلام پڑھائیے انلی دی صبح دی کتاب دی سطر کھڑا پڑھدا میرے مولا علی پتر دے پاسے نال بہ کے پڑھیے جڑا پچھو پڑھدا او مقتدی ہوندے علی مقتدی نہیں مقتدا ہے پتر دے برابر بہ کے پڑھیے میرے مولا نے انہوں نماز مکی ہلچل مچ گئی جے بندے دی دید میرے پاسے تیرے اتھوں وین نکل سی میں مسجد ہلن لگ گئی ہے سارے صحابی اجروں دے پہن اچانک نگاہ پئی ہے میرا علماء شیر ابن ملجم کو پکڑی آندا ہے بابے نے پہلا پہ ساتھ کیا دے حکم دے اندے ٹکڑے کر چھوڑا حکل مار کیا دے نی عباس بھیڑ کو آکھ بابا بھی آدھے دودھ جا دے اوہیو میرا مہمان جی آواز آندی ہے میرا چلو ہک ویڑ کر کے ہک بند پڑھنے نا بس راضی داسو مکمل نہیں جڑے بندے روندے پئے ہو زخمی بابے کو چایا نے ڈیرے والے دعا منگو شالو کوئی زخمی نہ ہوئے اگر زخمی ہوئے تب کوئی چاوڑ والا ہوئے زخمی بابے کو چاہیے نے میرے مولا طرف دے ودن حسنا دے بابا ضرب دا درد آئی سیدہ دے نا میرا بچڑا بابا تے طرف دے کیوں میرے امام ادر میں کون رساؤ چما وڑا لے کون کون آواز آ دیے بابا میں میرا بھرا اون جعفر حمزہ عبداللہ جے بندے دی دید میرے پاسے میرا بھرا محمد رفیع ہے بیا چما وڑ والا میرا حسین بھرا ہے جڑا حسین میں مولا علی فرمائے میں ہر کوئی جوابے حسین نہ جوابے حسین آدھا بابا نہ را دے رو رو کیا دے نہیں تو اکبر چاہے تے قاسم دے ٹکڑے چلو باندھی ہک پڑھنا چاہنا ہے ہنڈو پڑھ دانتے مکا دینا یہ دو ہی واسطے پڑھنا پیا جو ہک بند اپنے بابے مانگو پڑا میرا بابا نے آؤ سن شاہ صاحب اللہ درجات بلند کرے انہوں نے رنگج پڑا ہر دید دل دیا سونی تے پیے عید فتح دیا دی میں جو منگسا میں کو بابا دے زی تاگ دیا کو دے دی کرلانی جا خونی
اجازت پیا منگنا ان دے بعد ماتم کرو جتنے بندے روندے پیا میں کو جواب رو شہادت کدا ہے ایک وی کوئی اوکھا سوال تا نہیں ایک وی دی شہادت ہیں باقی عید چ کتنے دیہاڑے نو دیہاڑے نو دیہاڑے عید چ بولو ہیں چلو تسن دساو انہوں کو جواب تو گرنا نہیں بول سکتی بولن دی پابندی شرعی طور پہ پابندی لیکن اتھائی وین کر سکتی انہوں دے بولن دی پابندی جو قرآن ہی اچھا لگنے جائے لیکن میرے جیوا کا فرمائیں دے میرے ڈاڑے دے غم میں جتنی چیخا مار کرو ان کوئی پابندی نہیں میری پردہ دار ماما بہنا تو سمے کو بین کر کے گل دا جواب دے سوچیں دے پیو کٹریاں نو دی گزرے تے کیویں عید کرے لو دھیاں آدھیے پھر